ਸਾਡੇ ਦੇਸ਼ ਦੇ ਵਿੱਚ ਬੈਂਕ ਖਾਸ ਕਰਕੇ ਵੱਡੇ ਅਮੀਰ ਲੋਕਾਂ ਦੀ ਠੱਗੀ ਦਾ ਸ਼ਿਕਾਰ ਹੁੰਦੇ ਨੇ ਅਤੇ ਅਜਿਹੇ ਬਹੁਤ ਸਾਰੇ ਮਾਮਲੇ ਹਨ ਜਦੋਂ ਅਰਬਾਂ ਦਾ ਕਰਜ਼ਾ ਲੈ ਕੇ ਅਮੀਰ ਲੋਕ ਵਿਦੇਸ਼ਾਂ ਨੂੰ ਭੱਜ ਜਾਂਦੇ ਨੇ ਅਤੇ ਸਾਡੀਆਂ ਸਰਕਾਰਾਂ ਵੀ ਹੱਥ ਮਲਦੀਆਂ ਰਹਿ ਜਾਂਦੀਆਂ ਨੇ। ਪਰ ਉੱਧਰ ਕੋਆਪਰੇਟਿਵ ਬੈਂਕ ਗੁਰਦਾਸਪੁਰ ਨੇ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ 50 ਅਜਿਹੇ ਵਿਅਕਤੀਆਂ ਦੀ ਸੂਚੀ ਬਣਾਈ ਹੈ ਜੋ ਕਿ ਬੈਂਕਾਂ ਤੋਂ ਲਿਆ ਕਰਜ਼ਾ ਨਹੀਂ ਮੋੜ ਰਹੇ, ਪਰ ਹੁਣ ਬੈਂਕ ਉਹਨਾਂ ਖਿਲਾਫ਼ ਕਾਰਵਾਈ ਕਰਨ ਲਈ ਅਦਾਲਤ ਦਾ ਰੁੱਖ ਕਰ ਰਿਹਾ ਹੈ। ਇਹ ਜਿਹੜੇ ਡਿਫਾਲਟਰ ਦੀ ਸੂਚੀ ਅਸੀਂ ਜਾਰੀ ਕੀਤੀ ਆ, ਇਹ ਉਹ ਸਵੈ ਸ਼ਿਕਰ ਡਿਫਾਲਟਰ ਸੀਗੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਲਗਭਗ 5-7 ਸਾਲ ਤੋਂ ਜਿਹੜੇ ਆ ਆਪਣੀ ਸਵੈ ਇੱਛਾ ਦੇ ਨਾਲ ਕਰਜ਼ਾ ਵਾਪਸ ਨਹੀਂ ਸੀ ਕਰ ਰਹੇ, ਔਰ ਇਹਨਾਂ ਨੂੰ ਅਸੀਂ ਨੋਟਿਸ ਵੀ ਜਾਰੀ ਕੀਤੇ ਸੀ। ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਚੱਲ ਰਹੀ ਆ, ਆਪਣਾ ਕੋਆਪਰੇਟਿਵ ਐਕਟ ਦੇ ਅੰਡਰ ਵੀ ਇਹਨਾਂ ਦੇ ਖਿਲਾਫ਼ ਆਰਬੀਟ੍ਰੇਸ਼ਨ ਕੇਸ ਤਿਆਰ ਕੀਤੇ ਜਾ ਚੁੱਕੇ ਆ, ਜਿਨ੍ਹਾਂ ਦੇ ਫੈਸਲੇ ਹੋਣ ਦੀ ਸਾਨੂੰ ਡੀਕਾਰ ਕੁਝ ਫੈਸਲੇ ਹੋ ਚੁੱਕੇ ਆ, ਪਰ ਉਹਨਾਂ ਫੈਸਲਿਆਂ ਤੋਂ ਬਾਅਦ ਇਹਨਾਂ ਲਈ ਅਸੀਂ ਰੇਟ ਆਫ ਡਿਮਾਂਡ ਇਹਨਾਂ ਦੇ ਜਾਰੀ ਕਰਕੇ ਇਹਨਾਂ ਦੇ ਗ੍ਰਿਫਤਾਰੀ ਵਾਰੰਟ ਇਸ਼ੂ ਕੀਤੇ ਜਾਣਗੇ, ਔਰ ਉਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਸਹਿਕਾਰੀ ਐਕਟ ਦੇ ਤਹਿਤ ਇਹਨਾਂ ਦੀ ਜਿਹੜੀ ਆ ਜਾਇਦਾਦ ਨੂੰ ਅਟੈਚ ਕਰਕੇ ਉਸਦੀ ਨਿਲਾਮੀ ਕੀਤੀ ਜਾਵੇਗੀ। ਔਰ ਉਸ ਤੋਂ ਇਲਾਵਾ ਜਿਹੜੇ ਸਿਵਲ ਕੋਰਟ ਦੇ ਵਿੱਚ ਵੀ ਮਾਣਯੋਗ ਅਦਾਲਤ ਦੇ ਲਈ ਵੀ ਅਸੀਂ ਅਪੀਲ ਕੀਤੀ ਹੋਈ ਆ, ਇਹਨਾਂ ਦੇ ਜਿਹੜੇ ਚੈੱਕ ਆ ਉਹ ਡਿਸਆਨਰ ਹੋ ਚੁੱਕੇ ਆ, ਔਰ ਬਹੁਤ ਸਾਰੇ ਇਹੋ ਜਿਹੇ ਹੈਗੇ ਆ ਲੋਕ ਜਿਨ੍ਹਾਂ ਦੇ 138 ਦੇ ਕੇਸ ਮਾਣਯੋਗ ਅਦਾਲਤ ਦੇ ਵਿੱਚ ਚੱਲ ਰਹੇ ਆ, ਔਰ ਉਹਨਾਂ ਲਈ ਅਸੀਂ ਚਾਰਾਜੋਈ ਕਾਨੂੰਨੀ ਕਰ ਰਹੇ ਹਾਂ। ਜਿਹੜੇ ਸਾਡੇ ਹੈਗੇ ਜੀ, ਇਹਨਾਂ ਕੋਲੋਂ ਤਕਰੀਬਨ ਸਾਡਾ 53 ਕਰੋੜ ਰੁਪਈਆ ਇਹਨਾਂ ਟੌਪ 50 ਡਿਫਾਲਟਰ ਦਾ ਜਿਹੜਾ ਉਹਨਾਂ ਵੱਲ ਲੱਗ ਰਿਹਾ ਆ, ਔਰ ਉਹ 53 ਕਰੋੜ ਦੀ ਰਿਕਵਰੀ ਦੇ ਵਿੱਚੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਹੈਗਾ ਵਿਦ ਇਨ ਅ ਮੰਥ ਔਰ 2 ਮੰਥਸ ਅਸੀਂ ਆਪਣੀ ਕਾਨੂੰਨੀ ਕਾਰਵਾਈ ਕੰਪਲੀਟ ਕਰਕੇ ਔਰ ਉਹ ਥੋਲ ਅਮਾਊਂਟ ਜਿਹੜੀ ਅਸੀਂ ਰਿਕਵਰ ਕਰ ਲਈਏ। ਜਿਹੜੇ ਜੀ ਇਹ ਗੈਰ ਕਿਸਾਨੀ ਕਰਜ਼ਦਾਰ ਨੇ ਜਿਨ੍ਹਾਂ ਦਾ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਗਾ, ਇਹ ਵਪਾਰੀ ਤਬਕਾ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਆਪਣਾ ਵਪਾਰ ਕਰ ਰਹੇ, ਜਿਨ੍ਹਾਂ ਨੇ ਨਿੱਜੀ ਹੈਸੀਅਤ ਦੇ ਵਿੱਚ ਨਿੱਜੀ ਕਾਰੋਬਾਰ ਕਰਨ ਲਈ ਜਾਂ ਕਾਰਾਂ ਲੈਣ ਵਾਸਤੇ ਜਾਂ ਲੋਨ ਅਗੇਂਸਟ ਪ੍ਰੋਪਰਟੀ ਆ ਉਹ ਲੈ ਗਏ ਸੀ, ਵੱਡੀਆਂ ਰਕਮਾਂ ਲਈਆਂ ਗਈਆਂ ਸੀ ਜਿਨ੍ਹਾਂ ਨੂੰ ਇਹਨਾਂ ਨੇ ਬਾਅਦ ਉਤਾਰਿਆ ਨਹੀਂ।